ਉਹ ਲੰਘ ਗਿਆ ਅਤੇ ਆਪ ਵਰਕਰਾਂ 'ਤੇ ਧੱਕੇਸ਼ਾਹੀ ਦੇ ਵੀ ਦੋਸ਼ ਲੱਗੇ ਆ। ਨਾਲ ਹੀ ਕੱਲ੍ਹ ਦੌਲਾ ਸਾਹਿਬ ਨੇ ਵੀ ਕਿਹਾ ਸੀਗਾ ਜਿਹੜਾ ਮਨਪ੍ਰੀਤ ਬਾਦਲ ਆ ਉਹ ਗਿੱਦੜਬਾਹਾ ਦੇ ਵਿੱਚ ਸਰਗਰਮਾ, ਪਹਿਲਾਂ ਲੁਕ ਗਿਆ ਸੀਗਾ ਹੁਣ ਆਇਆ ਫਿਰ, ਹੁਣ ਕਾਫੀ ਸਰਗਰਮੀ ਆ ਉਹਦੀ। ਪਰ ਮਨਪ੍ਰੀਤ ਬਾਦਲ ਦਾ ਇਤਿਹਾਸ ਜਿਹੜਾ ਬਹੁਤ ਮਾੜਾ ਆ, ਸਾਡੇ ਸਾਰਿਆਂ ਨੂੰ ਸਰੋਤਿਆਂ ਨੂੰ ਪਤਾ ਲੱਗਣਾ ਚਾਹੀਦਾ। ਇਲੈਕਸ਼ਨ ਲੜਨ ਵੇਲੇ ਜਦੋਂ ਇਹਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀ ਸੀ ਅਤੇ ਅੰਮ੍ਰਿਤ ਛਕਿਆ, ਉਹ ਵੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ, ਗੁਰੂ ਰਾਮਦਾਸ ਦੇ ਪਵਿੱਤਰ ਸਥਾਨ ਤੋਂ, ਜਿੱਥੇ ਪੂਰੀ ਦੁਨੀਆ ਜਿਹੜੀ ਆ ਨਤਮਸਤਕ ਹੁੰਦੀ ਹੈ, ਦੂਰ ਬੈਠਿਆਂ ਵੀ ਸਵੇਰ ਸ਼ਾਮ ਜਦੋਂ ਵੀ ਕਿਤੇ ਮਨ 'ਚੋਂ ਨਿਕਲਦਾ ਹਰੇਕ ਬੰਦਾ ਕਹਿੰਦਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਜਿਨ ਸਿਰਿਆ ਤਿੰਨੇ ਸਵਾਰਿਆ। ਪਰ ਉਸ ਜਗ੍ਹਾ ਤੋਂ ਅੰਮ੍ਰਿਤ ਛੱਕ ਕੇ ਅਤੇ ਜਦੋਂ ਇਲੈਕਸ਼ਨ ਜਿੱਤ ਗਿਆ ਤਾਂ ਨਾਲ ਹੀ ਕਿਰਪਾਨ ਲਾ ਕੇ ਕਿੱਲੀ 'ਤੇ ਟੰਗਤੀ ਅਤੇ ਨਾਲ ਹੀ ਦਾੜੀ ਖੋਦੀ ਜੀ ਫਿਰ ਕੱਢ ਲਈ। ਵੀ ਮੈਂ ਕਹਿੰਦਾ ਜੀ ਇਹ ਸ਼ੁਕਰ ਆ ਇੱਥੋਂ ਖਹਿੜਾ ਛੁੱਟਿਆ। ਕੀ ਕਹਿਣਾ ਚਾਹੁੰਦੇ ਹੋ ਲੋਕ ਇਹ ਇਸ ਬੰਦੇ ਨੂੰ, ਲਾਂਤੀ ਬੰਦੇ ਬਾਰੇ ਕੀ ਕਹਿਣਾ ਚਾਹੁੰਦੇ, ਨਾਲ ਹੀ ਜਿਹੜਾ ਆਹ ਪਹਿਲੀ ਖਬਰ ਵੀ ਹੈ। ਦੇਖੋ ਪਹਿਲੀ ਗੱਲ ਆਪਾਂ ਪੰਚਾਇਤੀ ਚੋਣਾਂ ਦੀ ਗੱਲ ਕਰਦੇ ਹਾਂ, ਪੰਚਾਇਤੀ ਚੋਣਾਂ ਵਾਸਤੇ ਕੱਲ 3 ਵਜੇ ਤੱਕ ਦਾ ਟਾਈਮ ਸੀ, ਲੇਕਿਨ ਹਾਲਾਤ ਇਹ ਸੀ ਕਿ 3 ਵਜੇ ਤੱਕ ਵੀ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਪਈਆਂ ਜੀ। ਅਜੇ ਤੱਕ ਵੀ ਆਪਣੇ ਕੋਲ ਮੁਕੰਮਲ ਅੰਕੜੇ ਨਹੀਂ ਆਏ ਕਿ ਸਾਰੇ ਸੂਬੇ ਦੇ ਵਿੱਚ ਕਿੰਨੇ ਲੋਕਾਂ ਨੇ ਆਪਣੇ ਨੋਮੀਨੇਸ਼ਨ ਤੇ ਪ੍ਰੋਫਾਈਲ ਕੀਤੀ ਹੈ। ਫਿਕਰ ਇੱਥੇ ਕਰਨਾ ਬਣਦਾ ਵੀ ਅਸਲ ਦੇ ਵਿੱਚ ਇਹ ਹੈ ਕਿ ਪੰਜਾਬ ਦੀਆਂ 13,000 ਤੋਂ ਵੱਧ ਪੰਚਾਇਤਾਂ ਹੈ। ਬਿਲਕੁਲ, ਹਰ ਪੰਚਾਇਤ ਦੇ ਲਈ ਇੱਕ ਜਿਹੜੀ ਹੈਗੀ ਹੈ ਪੋਸਟ ਸਰਪੰਚ ਦੀ ਹੈ, ਤੇ 5 ਤੋਂ ਲੈ ਕੇ 11-12 ਤੱਕ ਹੈਗੇ ਮੈਂਬਰ ਜੀ। ਤੇ ਟੋਟਲ ਮਿਲਾਈਏ ਆਪਾਂ ਤਾਂ ਮਤਲਬ 13-14 ਸੀਟਾਂ ਜਾਂ 15 ਸੀਟਾਂ ਬਣਦੀਆਂ ਇੱਕ ਪਿੰਡ ਦੀਆਂ, ਐਵਰੇਜ ਦੇਖੀਏ ਤਾਂ 7-8 ਬਣਦੀਆਂ ਜੀ। ਹੁਣ 13,000 ਨੂੰ 7 ਨਾਲ ਤੁਸੀਂ ਗੁਣਾ ਕਰ ਲਓ ਤੇ ਇਹ ਲਾ ਲਓ ਅੰਦਾਜ਼ਾ ਕਿੰਨੇ ਲੋਕ ਹੈ ਜਿਨ੍ਹਾਂ ਨੇ ਆਪਣੇ ਨੋਮੀਨੇਸ਼ਨ ਤੇ ਪ੍ਰੋਫਾਈਲ ਕਰ ਲਈ ਹੈ ਜੀ। ਇੱਕ ਇੱਕ ਪੋਸਟ ਦੇ ਲਈ 4-5 ਬੰਦੇ ਵੀ ਆ ਜਾਂਦੇ ਹੈ, ਕਿਉਂਕਿ ਪੰਚਾਇਤ ਮੈਂਬਰਾਂ ਦੀ ਚੋਣ ਦੀ ਐਤਕੀ ਵਾਰਡਾਂ ਦੇ ਮੁਤਾਬਕ ਹੋ ਰਹੀ ਹੈ। ਪਹਿਲਾਂ ਵੀ ਵਾਰਡਾਂ ਮੁਤਾਬਕ ਹੋਈ ਸੀ ਜੀ, ਕੋਈ ਜ਼ਮਾਨਾ ਹੁੰਦਾ ਸੀ ਜਦੋਂ ਪੰਚਾਇਤ ਮੈਂਬਰਾਂ ਦੀ ਚੋਣ ਓਪਨ ਹੁੰਦੀ ਸੀ। ਇੱਕਦਮ ਕਿਉਂਕਿ ਰੱਖੜੇ ਬਹੁਤ ਜ਼ਿਆਦਾ ਪੈ ਗਿਆ ਸੀ, NOC ਨਹੀਂ ਸੀ ਮਿਲ ਰਹੀ, ਜ਼ਿਲ੍ਹਾ ਟੈਕਸ ਨਹੀਂ ਸੀ ਭਰਵਾਇਆ ਜਾ ਰਿਹਾ, ਰੂਲਿੰਗ ਪਾਰਟੀ ਨੇ ਜਿਹੜੇ ਪੰਚਾਇਤ ਸਕੱਤਰ ਸੀ ਉਹਨਾਂ ਨੂੰ ਆਪੋ ਆਪਣੇ ਕਬਜ਼ੇ 'ਚ ਕਰ ਲਿਆ ਸੀ। ਲੋਕ ਟੈਲੀਫੋਨ ਕਰਦੇ ਸੀ ਉਹਨਾਂ ਨੂੰ, ਟੈਲੀਫੋਨ ਨਹੀਂ ਸੀ ਮਿਲਦੇ। ਕਈ ਥਾਵਾਂ ਦੇ ਉੱਤੇ ਆਪਾਂ ਇਹ ਵੀ ਦੇਖਿਆ ਕਿ ਜੇ ਕੋਈ ਪੁੱਛਦਾ ਕਿ ਹੇਠਲਾ ਕਰਮਚਾਰੀ ਮੈਨੂੰ ਨਹੀਂ ਦਿੱਤਾ NOC ਤੇ ਮੈਂ ਖੜਾ ਉਡੀਕਦਾ ਤੇ ਵੀਡੀਓ ਵਾਲੇ ਪਾਸੇ ਤੇ ਵੀਡੀਓ ਮਾਮਾ ਭੈਣਾਂ ਦੀਆਂ ਗਾਲਾਂ ਦੇਣ ਤੱਕ ਚਲਾ ਜਾਂਦਾ ਇੱਕ ਬਜ਼ੁਰਗ ਬੰਦੇ ਨੂੰ ਸਾਥ ਨਾ ਪਾਉਂਦੀ। ਤੂੰ ਇੱਥੋਂ ਅੰਦਾਜ਼ਾ ਲਾ ਸਕਦਾ ਵੀ ਜਿਹੜਾ ਲੋਕਤੰਤਰ ਦਾ ਪਹਿਲਾ ਪੜਾਅ ਹੈ ਇਹਨੂੰ ਅਸੀਂ ਕਿੰਨੀ ਗੰਭੀਰਤਾ ਨਾਲ ਲੈਂਦੇ ਹਾਂ। ਜਦੋਂ ਭਗਵੰਤ ਮਾਨ ਹੋਣੀ, ਕੇਜਰੀਵਾਲ ਹੋਣੀ ਜਾਂ ਆਮ ਆਦਮੀ ਪਾਰਟੀ ਵਾਲੇ ਲੋਕ 2017 ਜਾਂ 2014 ਤੋਂ ਲੈ ਕੇ ਉਹਨਾਂ ਨੇ ਕੰਪੇਨ ਸ਼ੁਰੂ ਕੀਤੀ, ਉਹ ਕਹਿੰਦੇ ਹੁੰਦੇ ਸੀ ਕਿ ਰਵਾਇਤੀ ਪਾਰਟੀਆਂ ਦੇ ਧੰਨਾ ਸ਼ਾਹ ਜਿਹੜੇ ਹੈਗੇ ਆ ਨਾ ਉਹ ਲੋਕਤੰਤਰ ਤੇ ਕਾਬਜ਼ ਹੈ, ਸਾਨੂੰ ਤੁਸੀਂ ਮੌਕਾ ਦਿਓ ਤੇ ਅਸੀਂ ਜਿਹੜੇ ਸਧਾਰਨ ਘਰਾਂ ਦੇ ਧੀਆਂ ਪੁੱਤਾਂ ਨੂੰ ਲੈ ਕੇ ਆਵਾਂਗੇ। ਜੱਦੀ ਸਾਹਿਬ ਧੀਆਂ ਤੇ ਪੁੱਤ ਪੰਜਾਬ ਦੇ ਹੈ, ਲੇਕਿਨ ਮੈਂ ਬੜੇ ਮਤਲਬ ਅਦਬ ਦੇ ਨਾਲ ਪਹਿਲਾਂ ਹੀ ਸਾਰਿਆਂ ਤੋਂ ਮਾਫ਼ੀ ਮੰਗਦਾ, ਕਹਿੰਦਾ ਕਿ 17 ਦੇ ਜਾਂ ਇਲੈਕਸ਼ਨਾਂ ਵੇਲੇ ਪੰਜਾਬ ਦੀਆਂ ਧੀਆਂ ਭੈਣਾਂ ਦੇ ਨਾਲ ਜੋ ਕੁਛ ਹੋਇਆ ਉਹ ਇੱਕ ਇਤਿਹਾਸ ਹੈ। ਬਿਲਕੁਲ, ਤੇ ਮੇਰੇ ਖਿਆਲ ਮੁਤਾਬਕ ਉਸ ਇਤਿਹਾਸ ਤੋਂ ਬਾਅਦ 92 ਬੰਦੇ ਜਿਤਾ ਕੇ ਲਿਆਉਣੇ, ਇਹ ਸਾਡੇ ਪੰਜਾਬੀਆਂ ਲਈ ਇੱਕ ਸ਼ਰਮਨਾਕ ਘਰ ਹੈ ਅੱਜ ਅਸੀਂ ਉਹ ਨਤੀਜੇ ਭੁਗਤ ਰਹੇ ਹਾਂ। ਹੁਣ ਤੁਸੀਂ ਦੇਖੋ ਹਾਲਾਤ ਕੀ ਹੈ, ਹਾਲਾਤ ਇਹ ਹੈ ਕਿ ਤੁਸੀਂ 170 ਪਟੀਸ਼ਨਾਂ ਹਾਈਕੋਰਟ ਚ ਪਹੁੰਚ ਜਾਂਦੀ ਹੈ, ਕਿਉਂਕਿ ਸਾਨੂੰ ਤਾਂ ਜਿਹੜੇ ਹੈਗੇ ਕਾਗਜ਼ ਪੱਤਰ ਨਹੀਂ ਦਿੱਤੇ ਜਾ ਰਹੇ, ਹਾਈਕੋਰਟ ਨੇ ਪੈਰਾ ਕਰ ਲਈ ਹੈ ਕਿ ਜੀ ਸਾਰਿਆਂ ਨੂੰ ਆਦੀ ਦੇ ਦੋ ਤੁਸੀਂ NOC, ਇੱਕ ਦਿਨ ਦੇ ਵਿੱਚ ਤਾਂ NOC ਬਣਦੇ ਹੀ ਨਹੀਂ। ਮਤਲਬ ਜਿਹੜੇ ਅਧਿਕਾਰੀ ਜਿਹੜੇ ਕਰਮਚਾਰੀ ਪੋਲਿੰਗ ਦੀਆਂ ਡਿਊਟੀਆਂ ਤੇ ਲਾਏ ਆ, ਜਿਹਨਾਂ ਨੇ ਨੋਮੀਨੇਸ਼ਨ ਪੇਪਰ ਲੈਣੇ, ਕਮਲੇ ਹੋਏ ਪਏ ਆ, ਉਹਨਾਂ ਨੂੰ ਇਹ ਨੀ ਪਤਾ ਲੱਗਦਾ ਅਸੀਂ ਕਿਤੇ ਜਾਈਏ ਨਹੀਂ ਜਾਈਏ, ਕਿਤੇ ਤੇ ਕਿਸੇ ਲੀਡਰ ਦਾ ਫੋਨ ਆ ਰਿਹਾ, ਕਿਸੇ MLA ਦਾ ਫੋਨ ਆ ਰਿਹਾ, ਕਿਸੇ ਵਜ਼ੀਰ ਦਾ ਫੋਨ ਆ ਰਿਹਾ,
ਉਹਦੇ ਨਾਲ ਜਿੱਥੇ ਕੁਛ ਖਾੜਕੂ ਕਿਸਮ ਦੇ ਲੋਕ ਹੈਗੇ ਆ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਆ ਜਾਂ ਕੁਛ ਅਕਾਲੀ ਦਲ ਨਾਲ ਫਰੈਂਬਲ ਉਹ ਚੱਕੀ ਫਿਰਦੇ ਆ ਔਰ ਉਹ ਕਹਿੰਦੇ ਆਓ ਤੁਸੀਂ ਅਸੀਂ ਬਣਾਉਣੇ ਤੁਹਾਨੂੰ ਮੰਨੇ ਕੇ ਸਿੱਖ ਤੁਸੀਂ ਕਰਦੇ ਕਿ ਉਹ ਆਹ ਹਾਲਾਤ ਬਣੇ ਹੋਏ ਆ ਜੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਨੀ ਲੱਗਦਾ ਵੀ ਇਹ ਲੋਕਤੰਤਰ ਦਾ ਕਿਹੜਾ ਸਿਲਸਿਲਾ, ਇਹ ਲੋਕਤੰਤਰ ਨਹੀਂ ਇਹ ਲੋਕਤੰਤਰ ਹੈ, ਧੂਖ ਨੀਸ ਕਰਕੇ ਜਿਹੜਾ ਲੈ ਗਿਆ ਸੋ ਲੈ ਗਿਆ ਬਿਲਕੁਲ। ਔਰ ਇਹ ਤੋਂ ਬਾਅਦ ਜਿਹੜੇ ਜਿਹੜਾ ਬਾਹੂਬਲ ਦੀ ਗੱਲ ਹੋਣੀ ਹੈ, ਕੋਈ ਜ਼ਮਾਨਾ ਹੁੰਦਾ ਸੀ ਸਾਡੇ ਪੁਰਾਣੇ ਮਿਨਿਸਟਰ ਜਾਣਦੇ ਆ ਕਿ ਜਦੋਂ ਚੋਣਾਂ ਹੁੰਦੀਆਂ ਸੀ ਪੋਲਿੰਗ ਪਾਰਟੀਆਂ ਇੱਕ ਦਿਨ ਪਹਿਲਾਂ ਪਿੰਡ ਚ ਪਹੁੰਚ ਜਾਂਦੀਆਂ ਸੀ 10-11 ਵਜੇ ਨੂੰ, ਔਰ ਇੱਕ ਦਿਨ ਜਾ ਕੇ ਪਹਿਲਾਂ ਉਹਨਾਂ ਨੇ ਆਪਣੇ ਮੰਜੇ ਮੁੰਜੇ ਲਾਹ ਲੈਣੇ ਤੇ ਵਿੱਚ ਲੰਗਰ ਪਾਣੀ ਦਾ ਇੰਤਜ਼ਾਮ ਹੋ ਜਾਣਾ, ਸ਼ਾਮ ਨੂੰ 3-4 ਵਜੇ ਬਹਿ ਜਾਣਾ, ਲਿਆਓ ਜੀ ਨੋਮੀਨੇਸ਼ਨ ਪੇਪਰ ਫਾਈਲ ਕਰੋ ਜੀ। ਉੱਥੇ ਲੋਕ ਨੋਮੀਨੇਸ਼ਨ ਪੇਪਰ ਫਾਈਲ ਕਰੀ ਜਾਂਦੇ, ਜਿਹਨੇ ਜ਼ਿਲ੍ਹਾ ਟੈਕਸ ਕਟਾਉਣਾ ਜ਼ਿਲ੍ਹਾ ਟੈਕਸ ਵਿੱਚ ਕਟਾਈ ਜਾਂਦਾ, ਸਾਰਾ ਕੁਛ ਪੀਸਫੁਲੀ ਚੱਲਦਾ ਸੀ ਬਿਲਕੁਲ। ਇੱਕ ਦਿਨ ਦੇ ਵਿੱਚ ਸ਼ਾਮ ਤੱਕ ਉਹ ਸਾਰਾ ਕੁਛ ਕਰ ਲੈਂਦੇ, ਅਗਲੇ ਦਿਨ 7-8 ਵਜੇ ਜਿਹੜੀ ਆ ਉਹ ਪੋਲਿੰਗ ਸਟਾਰਟ ਕਰਵਾ ਦਿੰਦੇ। ਹੁਣ ਜਿੰਨਾ ਅਸੀਂ ਮਤਲਬ ਆਧੁਨਿਕ ਹੁੰਦੇ ਜਾਂਦੇ ਹਾਂ ਉਹਨਾਂ ਕੰਮ ਵੱਧਦਾ ਜਾਂਦਾ, 15-15 ਕਾਗਜ਼ ਲਾਤੇ, ਨਾਲ ਅੱਗੇ ਕਹਿੰਦਾ ਇੱਕ ਫਾਰਮ ਹੁੰਦਾ ਸੀ 15-15 ਕਾਗਜ਼ ਲਾਤੇ, ਆਹ ਵੀ ਭਰੋ ਜੀ, ਆਹ ਵੀ ਭਰੋ ਜੀ, ਸਾਨੂੰ ਮਤਲਬ ਵੀ ਨੀ ਹੈ, ਉਹ ਭਰੇ ਵੀ ਜਾਂਦੇ। ਇੱਕ ਥਾਂ ਦੇ ਉੱਤੇ ਨੋਮੀਨੇਸ਼ਨ ਪੇਪਰ ਹੋਣੀ ਹੈ, ਮਤਲਬ ਕੰਮ ਇੰਨਾ ਲਿਆਤ ਆ ਜੀ। ਉਹ ਕਹਿੰਦੇ ਹੁੰਦੇ ਕਿ ਜਦੋਂ ਤੁਸੀਂ ਕੋਈ ਹੇਰਾਫੇਰੀ ਕਰਨੀ ਹੋਵੇ, ਕੋਈ ਧੱਕਾ ਕਰਨਾ ਹੋਵੇ, ਉਦੋਂ ਮਾਮਲੇ ਨੂੰ ਭੰਬਲ ਭੂਸੇ ਚ ਪਾ ਦਿਓ ਬਿਲਕੁਲ। ਹਰ ਕਰਮਚਾਰੀ ਭੰਬਲ ਭੂਸੇ ਦੇ ਵਿੱਚ ਪਿਆ ਵਾ, ਹਰ ਅਧਿਕਾਰੀ ਭੰਬਲ ਭੂਸੇ ਚ ਪਿਆ, ਤੇ ਹਰ ਜਿਹੜਾ ਹੈਗਾ ਜਿਹੜਾ ਆਪਾਂ ਕਹਿ ਦਈਏ ਕੰਪੀਟੀਟਰ ਦੀ ਚੋਣ ਲੜਨੀ ਹੈ, ਉਹ ਭੰਬਲ ਭੂਸੇ ਚ ਪਿਆ ਵਾ। ਇਹਦੇ ਵਿੱਚ ਫਿਰ ਕਈ ਕਿਸਮ ਦੀਆਂ ਬਿਮਾਰੀਆਂ ਹੋਰ ਨਿਕਲਦੀਆਂ। ਕੱਲ ਕੁਝ ਕੁੱਲ ਮਿਲਾ ਕੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਅਮਨ ਪਸੰਦ ਕਹਿ ਦਿੰਦੇ ਹਾਂ, ਪਰ ਕੱਲ ਕੁਝ ਥਾਵਾਂ ਦੇ ਉੱਤੇ ਗੜਬੜੀ ਹੋਈ ਹੈ। ਗੜਬੜ ਜ਼ਿਆਦਾਤਰ ਜਿਹੜੀ ਹੋਈ ਹੈ ਉਹ ਮੋਗੇ ਦੇ ਆਲੇ ਦੁਆਲੇ ਹੋਈ ਹੈ, ਮੋਗੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕਾਗਜ਼ ਵਗੈਰਾ ਵੀ ਫਟੇ ਹੋਏ ਹੈ, ਕਈ ਥਾਵਾਂ ਦੇ ਉੱਤੇ ਦੂਜਿਆਂ ਧਿਰਾਂ ਨੂੰ ਨੋਮੀਨੇਸ਼ਨ ਪੇਪਰ ਫਾਈਲ ਵੀ ਨੀ ਕਰ ਦਿੱਤੇ। ਮੈਂ ਸੁਣ ਰਿਹਾ ਸੀਗਾ ਇੱਕ ਬੰਦਾ ਕਹਿ ਰਿਹਾ ਸੀਗਾ ਇੱਥੇ ਅਸੀਂ ਭਾਜੀ ਬੋਲ ਰਹੇ ਹਾਂ ਕਿ ਪਿਛਲੀ ਵਾਰੀ ਕਾਂਗਰਸੀਆਂ ਨੇ ਕੁਛ ਕੀਤਾ ਸੀ ਤੇ ਹੁਣ ਅਸੀਂ ਆਹ ਕੁਛ ਕਰ ਰਹੇ ਹਾਂ, ਕਰ ਮੁਕੰਮਲ ਆਪਣੇ ਕੋਲੇ ਜਿਹੜੀ ਰਿਪੋਰਟ ਆ ਜੂਗੀ ਤੇ ਉਹ ਮੈਨੂੰ ਲੱਗਦੀ ਵੀ ਆਪਾਂ ਨੂੰ ਅਗਲੇ ਵੀਕਿਓ ਤੇ ਗੱਲ ਕਰਨੀ ਪੈਣੀ ਹੈ ਕਿ ਹੋ ਕੀ ਰਿਹਾ, ਪਰ ਜੋ ਕੁਛ ਹੋ ਰਿਹਾ ਉਹ ਮਾੜਾ ਹੋ ਰਿਹਾ। ਇਹਦੇ ਨਾਲ ਹੀ ਇੱਕ ਸੰਦੇਸ਼ ਹੁਣ ਹੋਰ ਆ ਗਿਆ, ਉਹ ਸੰਦੇਸ਼ ਇਹ ਆ ਗਿਆ ਕਿ ਛੇਤੀ ਹੀ ਜਿਹੜੀਆਂ ਹੈ ਜ਼ਿਮਨੀ ਚੋਣਾਂ ਵੀ ਹੋਣਗੀਆਂ, ਕਿਉਂਕਿ ਮਹਾਰਾਸ਼ਟਰ ਦੀਆਂ ਚੋਣਾਂ ਵੀ ਹੋਣੀਆਂ, ਝਾਰਖੰਡ ਦੀਆਂ ਚੋਣਾਂ ਵੀ ਹੋਣਗੀਆਂ, ਤੇ ਉਹਦੇ ਨਾਲ ਪੰਜਾਬ ਦੀਆਂ 4 ਸੀਟਾਂ ਦੇ ਤਾਦ ਹੈ ਵੀ ਜਿਹੜੀਆਂ ਉਹਨਾਂ ਨੂੰ ਜਿਹੜੇ ਖਾਲੀ ਡਿਕਲੇਅਰ ਕਰਤਾ ਜਿਹਨਾਂ ਦੇ ਅਸਤੀਫੇ ਪ੍ਰਵਾਨ ਹੋ ਚੁੱਕੇ ਹੈ ਜੀ। ਲੇਕਿਨ ਇੱਕ ਸੀਟ ਜਿਹੜੀ ਬੰਗੇ ਵਾਲੀ ਹੈ ਉਹ ਹਾਲੇ ਤੱਕ ਜਿਹੜੇ ਉਹ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਹੈ ਜੀ, ਉਹ ਅਕਾਲੀ ਦਲ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਚਲੇ ਗਏ ਆਮ ਆਦਮੀ ਪਾਰਟੀ, ਪਰ ਅਜੇ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ। ਕਿਸੇ ਨੇ ਉਹਨਾਂ ਦੇ ਖਿਲਾਫ ਐਪਲੀਕੇਸ਼ਨ ਵੀ ਦਿੱਤੀ ਹੈ ਜੀ, ਉਹਨਾਂ ਦੀ ਸੀਟ ਖਾਲੀ ਡਿਕਲੇਅਰ ਕੀਤੀ ਜਾਵੇ ਤੇ 50 ਸੀਟਾਂ ਤੇ ਚੋਣ ਹੋ ਗਈ ਜੀ। ਲੇਕਿਨ ਜਿਹੜੀਆਂ 4 ਸੀਟਾਂ ਤੇ ਚੋਣ ਹੋਣੀ ਹੈ ਜਿਹੜੀਆਂ ਖਾਲੀ ਡਿਕਲੇਅਰ ਕੀਤੀਆਂ ਜਾ ਰਹੀ ਹੈ, ਕੱਲ ਭਾਰਤੀ ਜਨਤਾ ਪਾਰਟੀ ਨੇ ਇੱਕ ਪਹਿਲਕਦਮੀ ਕੀਤੀ ਹੈ ਜੀ। ਭਾਰਤੀ ਜਨਤਾ ਪਾਰਟੀ ਨੇ ਇਹਨਾਂ ਸੀਟਾਂ ਦੇ ਲਈ ਇੰਚਾਰਜ ਤੇ ਕੋ ਇੰਚਾਰਜ ਥਾਪੇ ਹੈ ਜੀ। ਇੰਚਾਰਜ ਤੇ ਕੋ ਇੰਚਾਰਜ ਜਿਹੜੇ ਥਾਪੇ ਆ, ਇੰਚਾਰਜ ਲਾਏ ਆ ਜੀ ਉਹ ਜਿਹੜੇ ਬੰਦੇ ਆਰ ਐਸ ਐਸ ਦੇ ਪਿਛੋਕੜ ਵਾਲੇ, ਮਤਲਬ ਪੱਕੇ ਸੰਘੀ ਹੈ ਜਿਹੜੇ ਉਹ ਲਾਦੇ ਇੰਚਾਰਜ, ਤੇ ਨਾਲ ਜਿਹੜੇ ਕੋ ਇੰਚਾਰਜ ਹੈ ਜੀ ਉਹ ਲਾ ਦਿੱਤੇ ਜਿਹੜੇ ਗੈਰ ਆਰ ਐਸ ਐਸ ਵਾਲੇ ਭਾਰਤੀ ਜਨਤਾ ਪਾਰਟੀ ਚ ਆਏ ਆ ਦੂਜੇ ਰੰਗ ਚ। ਔਰ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਦਿੱਤਾ ਹੋਇਆ ਚੰਦੀ ਸਾਹਿਬ, ਉਹ ਗਿੱਦੜਬਾਹਾ ਤੇ ਦਿੱਤਾ ਹੋਇਆ ਜੀ। ਗਿੱਦੜਬਾਹਾ ਦੇ ਜਿਹੜੇ ਇੰਚਾਰਜ ਲਾਏ ਆ ਉਹ ਅਰਵਿੰਦ ਲਾਏ ਆ, ਅਰਵਿੰਦ ਮੇਰਾ ਖਿਆਲ ਅਰਵਿੰਦ ਖੰਨੇ ਹੀ ਉਹਨਾਂ ਦਾ ਨਾਂ, ਦੋ ਅਰਵਿੰਦ ਹੈ, ਇੱਕ ਤਾਂ ਅਰਵਿੰਦ ਧੂਲੀਆ ਹੋ ਗਿਆ, ਇੱਕ ਅਰਵਿੰਦ ਹੁਸ਼ਿਆਰਪੁਰ ਵਾਲੇ ਪਾਸੇ ਦਾ ਜਿਹੜਾ ਇਹਨਾਂ ਦਾ ਸਟੇਟ ਦਾ ਪ੍ਰੈਜੀਡੈਂਟ ਵੀ ਰਿਹਾ, ਰਾਜ ਸਭਾ ਦਾ ਮੈਂਬਰ ਵੀ ਰਿਹਾ ਜੀ, ਕਾਫੀ ਮਤਲਬ ਤਕੜਾ ਬੰਦਾ ਹੈ, ਉਹ ਜੰਮੂ ਕਸ਼ਮੀਰ ਦਾ ਇੰਚਾਰਜ ਵੀ ਰਿਹਾ, ਉਹਨੂੰ ਇੰਚਾਰਜ ਲਾਇਆ ਇੱਕ ਕੰਸਟੀਟਿਊਸੀ ਦਾ। ਔਰ ਜਿਹੜੇ ਉਹਦੇ ਵਿੱਚ ਮੰਡਲ ਆਉਂਦੇ ਆ, ਮੰਡਲਾਂ ਦੇ ਵਿੱਚ ਵੀ ਬੜੇ ਤਕੜੇ ਤਕੜੇ ਬੰਦੇ ਲਾ ਰਹੇ ਹੈ ਜੀ। ਇਹ ਸਾਰੀਆਂ 4 ਦੀਆਂ 4 ਜਿਹੜੀਆਂ ਹੈਗੀਆਂ ਅਸੈਂਬਲੀ ਸੀਟਾਂ ਉੱਥੇ ਲਏ ਆ, ਪਰ ਇੰਟਰਸਟਿੰਗ ਗੱਲ ਇਹ ਹੈ ਕਿ ਮਨਪ੍ਰੀਤ ਬਾਦਲ ਨੂੰ ਗਿੱਦੜਬਾਹਾ ਤੋਂ ਕੈਂਡੀਡੇਟ ਬਣਾਇਆ ਜਾ ਰਿਹਾ ਜੀ,
ਤੇ ਮਨਪ੍ਰੀਤ ਬਾਦਲ ਦੇ ਇੱਕ ਮੰਡਲ ਦਾ ਇੰਚਾਰਜ ਸਰੂਪ ਚੰਦ ਸਿੰਗਲੇ ਨੂੰ ਲਾਏ ਗਏ ਜੀ। ਇਹ ਸਰੂਪ ਚੰਦ ਸਿੰਗਲਾ ਕੌਣ ਹੈ ਜੀ? ਇਹ ਪਾਰਲੀਮਾਨੀ ਸਕੱਤਰ ਵੀ ਰਿਹਾ ਪੰਜਾਬ ਦਾ, ਇਹ ਅਕਾਲੀ ਦਲ ਵੱਲੋਂ MLA ਵੀ ਰਿਹਾ। 2022 ਦੀਆਂ ਚੋਣਾਂ ਵੇਲੇ ਜਦੋਂ ਚੋਣ ਹੋ ਰਹੀ ਸੀ ਤੇ ਸੁਖਬੀਰ ਬਾਦਲ ਮਨਪ੍ਰੀਤ ਬਾਦਲ ਦੇ ਖਿਲਾਫ ਜਾਂ ਕਹਿ ਲਈਏ ਸਰੂਪ ਚੰਦ ਸਿੰਗਲਾ ਦੇ ਖਿਲਾਫ ਚੋਣ ਪ੍ਰਚਾਰ ਕਰਨ ਵਾਸਤੇ ਬਠਿੰਡੇ ਆਇਆ ਸੀ ਜੀ, ਤਾਂ ਇੱਕ ਹੋਟਲ ਦੇ ਵਿੱਚ ਵਪਾਰੀਆਂ ਦੀ ਮੀਟਿੰਗ ਸੀ ਤੇ ਉਸ ਮੀਟਿੰਗ ਦੇ ਵਿੱਚ ਸਰੂਪ ਚੰਦ ਸਿੰਗਲੇ ਨੇ ਸੁਖਬੀਰ ਨੂੰ ਸਵਾਲ ਕੀਤਾ ਸੀ ਕਿ ਬਾਦਲ ਸਾਹਿਬ ਇਹ ਦੱਸੋ ਕਿ ਤੁਹਾਡਾ ਉਮੀਦਵਾਰ ਮੈਂ ਕਿ ਮਨਪ੍ਰੀਤ ਬਾਦਲ ਹੈ ਜੀ। ਬਿਲਕੁਲ, ਮੈਨੂੰ ਲੋਕ ਸਵਾਲ ਕਰਦੇ ਹੈ ਕਿ ਭਾਈ ਇਹਦਾ ਭਰਾ ਭਰਾਵਾਂ ਦੇ ਹੋ ਗਏ, ਤੇਰੀ ਤਾਂ ਮਦਦ ਹੀ ਨਹੀਂ ਕਰ ਰਹੇ ਤੇ ਸੁਖਬੀਰ ਬਾਦਲ ਨੇ ਹੱਸ ਕੇ ਟਾਲਤਾ ਸੀ। ਅਗਲੇ ਦਿਨੀ ਬਠਿੰਡੇ ਦੀਆਂ ਸੜਕਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਦੇ ਜਿਹੜੇ ਪੋਸਟਰ ਹੈ, ਜਿਹੜੀਆਂ ਫਲੈਕਸਾਂ ਲੱਗੀਆਂ ਸੀ, ਉਹ ਸਾਰੀਆਂ ਖਤਮ ਹੋ ਗਈਆਂ ਸੀ ਜੀ। ਔਰ ਸਰੂਪ ਚੰਦ ਸਿੰਗਲਾ ਨੇ ਆਪਦੀਆਂ ਫਲੈਕਸਾਂ ਲਾਤੀਆਂ ਸੀ ਬਠਿੰਡੇ ਦਾ ਬਾਉ ਸਰੂਪ ਚੰਦ, ਇਹ ਕਹਿ ਕੇ ਉਹਨਾਂ ਨੇ ਉਹਨੇ ਵੋਟਾਂ ਮੰਗਿਆ ਸੀ ਕਿ ਬਾਦਲ ਪਰਿਵਾਰ ਨਾਲ ਮੇਰਾ ਕੋਈ ਲਾਗਾ ਸੀ, ਕਹਿੰਦੇ ਜੇ ਫਿਰ ਉਹ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਗਏ ਸੀ। ਸਾਰਨ ਤੋਂ ਬਾਅਦ ਮਨਪ੍ਰੀਤ ਬਾਦਲ ਵੀ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਗਿਆ ਜੀ। ਪਿਛਲੀ ਜਿਹੜੀ ਇਲੈਕਸ਼ਨ ਹੋਈ ਹੈ, ਮਨਪ੍ਰੀਤ ਬਾਦਲ ਨੇ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਮਪਾਲ ਕੌਰ ਨਾਇਕ ਕੋਈ ਪ੍ਰਚਾਰ ਨਹੀਂ ਕੀਤਾ ਜੀ। ਇੱਥੋਂ ਤੱਕ ਕਿ ਬਠਿੰਡੇ ਦੇ ਵਿੱਚੋਂ ਗੈਰ ਹਾਜ਼ਰ ਹੋ ਗਿਆ ਭਾਰਤੀ ਜਨਤਾ ਪਾਰਟੀ, ਕਹਿੰਦਾ ਕਿ ਮੇਰੀ ਡਿਊਟੀ ਲੁਧਿਆਣੇ ਲਾ ਦਿਓ, ਮੈਂ ਤਾਂ ਜੀ ਬਦਲਾ ਲੈਣਾ ਰਾਜਾ ਬਟਿੰਗਸਲ, ਪਤਾ ਨੀ ਕਦੋਂ ਮੈਨੂੰ ਲੁਧਿਆਣੇ ਜਾ ਕੇ ਆਇਆ ਕਿ ਨਹੀਂ ਜਾ ਕੇ ਆਇਆ। ਮਤਲਬ ਆਪਣੀ ਭਰਜਾਈ ਦੇ ਖਿਲਾਫ, ਆਪਦੀ ਭਾਬੀ ਹਰਸਿਮਰਤ ਬਾਦਲ ਦੇ ਖਿਲਾਫ ਉਹਨੇ ਇੱਕ ਵੀ ਮੀਟਿੰਗ ਨੀ ਕੀਤੀ, ਕਿਤੇ ਕੋਈ ਭਾਸ਼ਣ ਨੀ ਕੀਤਾ, ਜਿਹਦੇ ਕਿ ਸਾਬਤ ਹੁੰਦਾ ਕਿ ਬਾਦਲ ਪਰਿਵਾਰ ਹਰਸ ਮਿਲ ਰਿਹਾ ਹੋਏ। ਮਨਪ੍ਰੀਤ ਸਿੰਘ ਬਾਦਲ ਦੀ, ਮਨਪ੍ਰੀਤ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕੀਤਾ ਕਿ ਅੰਮ੍ਰਿਤਪਾਲ ਕੀਤਾ ਸੀ, ਬਿਲਕੁਲ ਅੰਮ੍ਰਿਤਪਾਲ ਕੀਤਾ ਸੀ। ਸਾਡੇ ਜਿਹੜੇ ਹੈਗੇ ਆ ਸਰੋਤਾਗਣ, ਸਾਡੇ ਜਿਹੜੇ ਦਰਸ਼ਕ ਆ, ਉਹ ਜਾਣਦੇ ਹੈ ਕਿ 1995 ਦੀ 22 ਇਲੈਕਸ਼ਨ ਵੇਲੇ ਬਾਦਲ ਪਰਿਵਾਰ ਦੀ ਹਾਲਤ ਅੱਜ ਵਰਗੀ ਸੀ, ਜਿਵੇਂ ਉਦੋਂ ਬਾਦਲ ਪਰਿਵਾਰ ਹਾਸ਼ੀਏ ਤੇ ਚਲਾ ਗਿਆ ਸੀ, ਉਦੋਂ 95 ਵੇਲੇ ਵੀ ਹਾਸ਼ੀਏ ਤੇ ਚਲਾ ਗਿਆ ਸੀ ਜੀ। ਫਿਰ ਸੋਚਿਆ ਕਰੀਏ ਕੀ, ਕਿਉਂਕਿ ਗਿੰਦਰਵਾਲ ਸੀਟ ਪ੍ਰਕਾਸ਼ ਸਿੰਘ ਬਾਦਲ ਦੀ ਆਪਦੀ ਸੀਟ ਸੀ, ਪੁਸ਼ਤੈਨੀ ਸੀਟ, ਇੱਥੋਂ ਉਹ ਵੀ ਚੋਣ ਲੜਨਾ ਹੁੰਦਾ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਚੋਣ ਲੜਨ ਤੋਂ ਨਾ ਕਰਤੀ ਸੀ, ਨਾ ਤਾਂ 1991 ਚ ਵੀ ਕਰਤੀ ਸੀ ਜਦੋਂ ਖਾੜਕੂਬਾਦ ਦਾ ਦੌਰਾ ਸੀ, ਉਦੋਂ 1991 ਚ ਬਾਦਲ ਸਾਹਿਬ ਨੇ ਆਪਦੀ ਚੋਣ ਲੜੀ ਸੀ, ਕੈਂਡੀਡੇਟ ਨੀ ਬਣੇ ਸੀ, ਹਾਲਾਂਕਿ ਉਹ ਚੋਣ ਭੰਗ ਹੋ ਗਈ ਸੀ, ਰੱਦ ਕਰਤੀ ਸੀ। ਇਹਨਾਂ ਨੇ ਚੱਕ ਦੂਹੇ ਵਾਲੇ ਜੇ ਸਰਦਾਰ ਜਬਰ ਸਿੰਘ ਸਿੰਘ ਸੀ, ਟਿਕਟ ਉਹਨਾਂ ਨੂੰ ਦਿੱਤੀ ਸੀ, 92 ਦਾ ਬਾਈਕਾਟ ਕਰਤਾ, 95 ਦੀ 22 ਇਲੈਕਸ਼ਨ ਵਾਲੀ ਆ ਗਈ ਤੇ ਭਤੀਜੇ ਨੂੰ ਖੜਾ ਕਰਤਾ, 97 ਦੇ ਵਿੱਚ ਫਿਰ ਚਲੋ ਬਾਰੀ ਫਿਰ ਸੀਡੀ ਨੂੰ ਅਲਾਟ ਹੋ ਗਈ, ਪਰ 95 ਵੇਲੇ ਜਦੋਂ ਇਹਨੂੰ ਖੜਾ ਕੀਤਾ, ਫਿਰ ਇਹ ਦੇਖਿਆ ਕਿ ਆਪਾਂ ਨੂੰ ਸਿੱਖਾਂ ਦੀ ਵੋਟ ਚਾਹੀਦੀ ਹੈ ਜੀ, ਤੇ ਸਿੱਖ ਵੋਟ ਜਿਹੜੀ ਤਾਂ ਹੀ ਆਊਗੀ ਜੇ ਬੰਦੇ ਦਾ ਤੇਰਾ ਮੋਰਾ ਸਿੱਖੋ ਜੀ। ਬਲੈਤ ਦਾ ਪੜਿਆ ਮਨਪ੍ਰੀਤ ਬਾਦਲ, ਲੰਬਾ ਕੱਦ ਕਾਸ਼, ਜਿਹੜੀ ਦਾੜੀ ਪ੍ਰੇਮ ਕੀਤੀ ਹੋਈ, ਫਿਰ ਸਭ ਤੋਂ ਪਹਿਲਾਂ ਕਹਿੰਦੇ ਵੀ ਇਹਨੂੰ ਅੰਮ੍ਰਿਤਪਾਨ ਕਰਵਾਓ, ਤੇ ਇਹਨੂੰ ਅੰਮ੍ਰਿਤਪਾਨ ਕਰਵਾਇਆ ਗਿਆ ਜੀ। ਕੰਪੇਨ ਚੱਲੀ, ਇਲੈਕਸ਼ਨ ਲੜਿਆ, ਬੜੀ ਜ਼ਬਰਦਸਤ ਇਲੈਕਸ਼ਨ ਸੀ, ਇਲੈਕਸ਼ਨ ਮਨਪ੍ਰੀਤ ਬਾਦਲ 2000 ਵੋਟਾਂ ਦੇ ਫਰਕ ਨਾਲ ਜਿੱਤ ਗਿਆ ਜੀ। ਤੇ ਜਿਹੜਾ ਸਭ ਤੋਂ ਪਹਿਲਾਂ ਕੰਮ ਕੀਤਾ, ਜਿੰਨੀ ਕੁ ਮੇਰੀ ਜਾਣਕਾਰੀ ਹੈ ਚੰਦੀ ਸਾਹਿਬ, ਉਹ ਹੈ ਕਿ ਕਹਿੰਦੇ ਕਿੰਨੀ ਦੇ ਕਸ਼ਹਿਰਾ ਟੰਗਿਆ ਪਿਆ ਹੁੰਦਾ, ਜਿਹੜਾ ਜਿਵੇਂ ਪੁਰਾਣੇ ਜਿਹੜੇ ਸੀ ਨਾ ਜਥੇਦਾਰ, ਉਹ ਕਿੰਨੀ ਦੇ ਉੱਤੇ ਕਸ਼ਹਿਰਾ ਟੰਗਿਆ ਰਹਿੰਦਾ ਸੀ, ਚਾਹੇ ਜੇਲ੍ਹ ਚ ਹੁੰਦੇ ਚਾਹੇ ਰੇਲ ਚ ਹੁੰਦੇ, ਵੀ ਭਾਈ ਚਲੋ ਆਪਾਂ ਤਾਂ ਤਿਆਰ ਹੀ ਰਹੇ। ਬਿਲਕੁਲ, ਕਸ਼ਹਿਰਾ ਤਾਂ ਸ਼ਾਇਦ ਮੈਨੂੰ ਨੀ ਪਤਾ ਵੀ ਇਹਨੇ ਵਿਚਾਰੇ ਨੇ ਪਾਇਆ ਸੀ ਕਿ ਨਹੀਂ ਪਾਇਆ ਸੀ, ਲੇਕਿਨ ਜਿਹੜਾ ਗਾਤਰਾ ਸਾਹਿਬ ਪਾਇਆ ਹੁੰਦਾ ਸੀ, ਉਹ ਗਾਤਰਾ ਸਾਹਿਬ ਕਿੰਨੀ ਤੇ ਜ਼ਰੂਰ ਟੰਗਦਾ ਸੀ, ਤੇ ਮੁੜ ਕੇ ਇਹ ਨੇੜੇ ਨਹੀਂ ਆਇਆ।
ਅੱਜ ਭਾਵੇਂ ਜੋ ਮਰਜ਼ੀ ਕਰ ਲਓ, ਅੱਜ ਤੁਸੀਂ ਦੇਖੋ ਕਿ ਗੱਡੀਆਂ ਦਾ ਨੰਬਰ 786 ਹੈ ਇਸਲਾਮ ਜੀ, ਸਿੱਖੀ ਵਾਲਾ ਕੰਮ ਨੇੜੇ ਨਹੀਂ, ਲਿਬਾਸ ਜਿਹੜਾ ਵੇਖ ਲਓ ਤੁਸੀਂ ਉਹਦਾ ਲਿਬਾਸ ਵੀ ਉਹੀ ਹੈ। ਔਰ ਬਹੁਤ ਜਿਹੜੀ ਇਹਦੀ ਬੋਲੀ ਹੈ, ਬੋਲੀ ਦੇ ਵਿੱਚ ਉਰਦੂ ਦੀ ਭਾਵ ਬੋਲਦੀ ਹੈ, ਪੰਜਾਬੀ ਤੋਂ ਜਿਵੇਂ ਨੰਬਰ ਸੁਣਦੀ ਹੈ ਤੇ ਉਰਦੂ ਦੀ ਸ਼ੈਰੋ ਸ਼ਾਇਰੀ ਕਰਦਾ ਵਗੈਰਾ ਵਗੈਰਾ। ਹੁਣ ਇੱਥੇ ਜਿਵੇਂ ਕੱਲ ਆਪਾਂ ਨੂੰ ਦੌਲਤ ਸਾਹਿਬ ਨੇ ਦੱਸਿਆ ਸੀ ਕਿ ਉੱਥੇ ਇੱਕ ਧਰਨਾ ਲੱਗਿਆ ਹੋਇਆ ਸੀ ਗਿਦੜਵਾ ਮੰਡੀ ਦੇ ਪਿੰਡ ਦਾ, ਜਿਹੜਾ ਹੈਗਾ ਵਿਚਕਾਰ ਰੇਲਵੇ ਲਾਈਨ ਆ ਗਈ, ਉਹਨਾਂ ਦਾ ਕੁਨੈਕਸ਼ਨ ਆਪਸ ਵਿੱਚ ਜੁੜਦਾ ਨੀ, ਟੁੱਟਿਆ ਰਹਿੰਦਾ। ਤੇ ਜੀ ਪਹੁੰਚ ਕੇ ਜਾ ਕੇ ਉੱਥੇ ਬੜੀ ਫਿਰ ਉਹ ਮੋਮੋ ਠਗੜੀਆਂ ਵਾਲੀ ਤਕਰੀਰ ਕੀਤੀ, ਦੇਖੋ ਜੀ ਮੈਂ ਤਾਂ ਗਲਤੀ ਕਰ ਬੈਠਾ ਸੀ, ਮੈਂ ਤੁਹਾਨੂੰ ਛੱਡ ਗਿਆ ਸੀ, ਲੋਕ ਮੈਨੂੰ ਕਹਿੰਦੇ ਆ, ਮੈਂ ਤਾਂ ਉਧਰੇ ਪਿਆ ਸੀ, ਇੱਕ ਮਹੀਨੇ ਤੋਂ ਮੈਂ ਇੱਥੇ ਹੀ ਹਾਂ, ਮੈਂ ਹੁਣ ਕਾਲਾ ਕੋਟ ਪਾ ਕੇ ਤੁਹਾਡਾ ਵਕੀਲ ਬਣ ਕੇ ਤੁਹਾਡੀ ਗੱਲ ਕਰੂੰਗਾ, ਮੈਂ ਤੁਹਾਡੇ ਵਿੱਚ ਹੀ ਰਹੂੰਗਾ ਜੀ। ਓਹੋ ਮੈਨੂੰ ਤਾਂ ਜੀ ਬੜਾ, ਮੈਂ ਤਾਂ ਸਰਾਪਿਆ ਗਿਆ ਸੀ, ਮੈਂ ਤਾਂ ਜੀ ਆ ਗਿਆ ਜੀ, ਇਹ ਸਾਰਾ ਕੁਛ ਕੀਤਾ ਕਰਿਆ। ਲੇਕਿਨ ਮੇਰੇ ਕੋਲ ਜਿਹੜੀ ਅਕਲਾ ਹੈ ਨਾ ਜੀ, ਦੀ ਕੱਲ ਮੈਂ ਪ੍ਰਾਈਵੇਟ ਗੱਲਬਾਤ ਵੀ ਕੀਤੀ ਸੀ ਦੌਲਤ ਸਾਹਿਬ ਨੇ, ਸ਼ਾਦੀ ਵੀ ਭਰੀ ਸੀ ਜੀ, ਜਿਹੜੀ ਜਿਹੜੀ ਗਿੱਦੜਵਾਹਾ ਦੇ ਵਿੱਚੋਂ ਇਸ ਬੰਦੇ ਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਦਾਖਲਾ ਹੋਇਆ, ਜਿੱਥੋਂ ਇਹ ਜਿਹੜਾ ਹੈਗਾ 2007 ਤੱਕ ਐਮ ਐਲ ਏ ਜਿੱਤਦਾ ਰਿਹਾ, 95 ਤੋਂ ਲੈ ਕੇ 7 ਤੱਕ ਲਗਾਤਾਰ ਇਸ ਬੰਦੇ ਦਾ ਕਬਜ਼ਾ ਰਿਹਾ, ਉੱਥੋਂ ਦੇ ਲੋਕਾਂ ਨੂੰ ਜਿੱਥੇ ਸਾਦਾ ਸੀ ਉੱਥੇ ਜਾਂਦੇ ਸੀ, ਅੱਜ ਵੀ ਵਿਚਾਰੇ ਜਾਂਦੇ ਹੈ। ਤੇ ਫਿਰ ਕਹਿੰਦੇ ਜਦੋਂ ਬਠਿੰਡੇ ਦਾ ਦਫ਼ਤਰ ਬਣਿਆ ਸੀ ਨਾ, ਗਿੱਦੜਵਾਹਾ ਦੇ ਲੋਕ ਆ ਜਾਂਦੇ ਕੰਮਾਂ ਧੰਦਿਆਂ ਵਾਲੇ ਤੇ ਆਪਾਂ ਫੋਨ ਵਗੈਰਾ ਕਰਵਾਉਣੇ, ਤੇ ਆਪਣੇ PA ਨੂੰ ਇਹ ਕਹਿੰਦਾ ਹੁੰਦਾ ਗਿੱਦੜਵਾਹਾ ਦੇਖ ਕੇ ਬਾਹਰ ਵੇਖ ਮੱਖੀਆਂ ਕਿੰਨੀਆਂ ਫਿਰਦੀਆਂ, ਮੱਖੀਆਂ ਤੋਂ ਕਹਿੰਦਾ ਚੜਾਓ। ਜਿਹੜਾ ਬੰਦਾ ਮਨੁੱਖਾਂ ਨੂੰ ਮੱਖੀਆਂ ਦੱਸੇ, ਵੋਟਰਾਂ ਨੂੰ ਮੱਖੀਆਂ ਦੱਸੇ, ਤੇ ਉਹਨਾਂ ਦੇ ਕੋਈ ਹੁਣ ਫੇਰ ਚਲਾ ਗਿਆ, ਚਲੋ ਜੀ ਮੈਂ ਆ ਗਿਆ। ਪਰ ਗਿੱਦੜਵਾਹਾ ਦੇ ਲੋਕ ਭੁੱਲਦੇ ਨੀ, ਕਾਹਦੀ ਆਪਣੇ ਚੰਦੀ ਸਾਹਿਬ ਦੌਲਤ ਸਾਹਿਬ ਇੱਥੇ ਆ ਅਮਰੀਕਾ ਦੇ ਵਿੱਚ, ਯਾਦ ਇਹਨਾਂ ਦੇ ਵੀ ਹੈ। ਲੇਕਿਨ ਮੇਰਾ ਤਾਂ ਹਲਕਾ ਨਾਲ ਹੈ, ਬਹੁਤ ਸਾਰੇ ਲੋਕ ਮੈਨੂੰ ਜਾਣਦੇ ਕਰਦੇ ਆ, ਮੈਂ ਉਹਨਾਂ ਨੂੰ ਜਾਣਦੇ ਆ, ਮੇਲ ਮਿਲਾਪ ਹੈ। ਪਰ ਜਿਹੜੀਆਂ ਗਿੱਦੜਵਾਹਾ ਦੀਆਂ ਸਥਿਤੀਆਂ ਹੈ, ਉਹਨਾਂ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਇੱਕ MLA ਹੁੰਦਾ ਸੀ ਮੱਖਣ ਸਿੰਘ ਜੀ, ਉਹ ਪੁਰਾਣਾ ਕਮਿਊਨਿਸਟ ਪਾਰਟੀ ਦੇ ਵਿੱਚੋਂ ਗਿਆ ਸੀ, ਤੇ 1997 ਦੇ ਵਿੱਚ ਇਹਨਾਂ ਨੇ ਟਿਕਟ ਦਿੱਤੀ ਸੀ ਉਹਨੂੰ ਪਾਰਟੀ ਨੂੰ ਤੋੜਨ ਵਾਸਤੇ, MLA ਬਣ ਗਿਆ ਸੀ ਜੀ, ਭਾਵੇਂ ਸੀ MLA ਅਕਾਲੀ ਦਲ ਦਾ, ਪਰ ਕਾਮਰੇਡਾਂ ਜੋ ਗਿਆ ਸੀ ਬੰਦੇ ਦੇ ਵਿੱਚ ਦਰਦ ਸੀ ਲੋਕਾਂ ਨਾਲ, ਤੇ ਉਦੋਂ ਜਦੋਂ ਫਿਰ ਪਰਚੇ ਦਰਜ ਹੋਣ ਲੱਗੇ, ਇਹਨਾਂ ਨੇ ਵਿਧਾਨ ਸਭਾ ਚ ਸਵਾਲ ਪੁੱਛ ਲਿਆ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਮੁੱਖ ਮੰਤਰੀ ਸਾਹਿਬ ਇਹ ਦੱਸੋ ਪੰਜਾਬ ਦੇ ਕਿਹੜੇ ਹਲਕੇ ਚ ਸਭ ਤੋਂ ਵੱਧ FIR ਦਰਜ ਹੋਈਆਂ, ਤੇ ਫਿਰ ਰਿਕਾਰਡ ਦੇ ਉੱਤੇ ਗੱਲ ਆ ਗਈ ਸੀਗੀ ਜੀ ਸਭ ਤੋਂ ਵੱਧ FIR ਗਿੱਦੜਵਾ ਹਲਕੇ ਚ ਹੋਈਆਂ, ਤੇ ਉਹਦੇ ਮੱਕਣ ਸਿੰਘ MLA ਅਕਾਲੀ ਦਲ ਦੇ ਕਹਿੰਦਾ ਸੀ ਕਿ ਬਾਦਲ ਸਾਹਿਬ ਤੁਹਾਡੇ ਭਤੀਜੇ ਨੇ ਲੋਕਾਂ ਤੇ ਵੀ ਯਾਰ ਪਰਚੇ ਦਰਜ ਕਰਾਏ, ਉਹਨਾਂ ਰਿਕਾਰਡ ਮੇਰਾ ਖਿਆਲ ਹੈ ਅਜੇ ਤੱਕ ਵੀ ਨਜਾਇਜ਼ ਪਰਚਿਆਂ ਦਾ ਗਿੱਦੜਵਾਹਾ ਦਾ, ਜਿਹੜੇ ਕਨਵਿਕਟ ਵੀ ਹੋਏ ਜਿਹੜੇ ਬਰੀ ਹੋਏ ਹੈ, ਜਦੋਂ ਬਰੀ ਹੋ ਜਾਣ ਤਾਂ ਪਤਾ ਲੱਗਦਾ ਕਿ ਇਹ ਝੂਠੇ ਪਰਚੇ ਦਰਜ ਹੋਏ ਹੈ। ਇੱਕ ਦੂਜੀ ਗੱਲ, ਉੱਥੇ ਇੱਕ ਬੜਾ ਵੱਡਾ ਨਾਂ ਹੁੰਦਾ ਸੀ, ਇੱਕ ਵੱਡਾ ਵੱਡਾ ਬੀਜ ਭੰਡਾਰ ਹੁੰਦਾ ਸੀ ਪੰਜਾਬ ਬੀਜ ਭੰਡਾਰ, ਤੇ ਪੰਜਾਬ ਬੀਜ ਭੰਡਾਰ ਵਾਲਿਆਂ ਦੇ ਨਾਲ ਫਿਰ ਉਹਨਾਂ ਨੇ ਕਿਤੇ ਗਲਤੀ ਇਹ ਕਰ ਲਈ ਸੀ ਕਿ ਸੰਤ ਸਿੰਘ ਕੌਮੀ ਬਰਾੜ ਵੀ ਉਹਨਾਂ ਨੇ ਮਦਦ ਕਰਤੀ ਸੀ, ਉਹ ਅਕਾਲੀ ਦਲ ਵੱਲੋਂ ਖੜਾ ਹੋ ਗਿਆ ਸੀ, ਜਾਂ ਉਸ ਤੋਂ ਪਹਿਲਾਂ ਕਿਤੇ ਕੋਈ ਥੋੜੀ ਬਹੁਤੀ ਗੱਲ ਕੀਤੀ ਸੀ ਉਹਨਾਂ ਨਾਲ, ਕੋਈ ਉਹਨਾਂ ਦੇ ਡੇਢ ਸੀ ਜੀ। ਇਸ ਬੰਦੇ ਨੇ ਫਿਰ ਯਾਦਵ ਦੇ ਵਿੱਚ ਕਸਰ ਕੋਈ ਨੀ ਛੱਡੀ, ਇੰਨੇ ਪਰਚੇ ਕੀਤੇ, ਇੰਨਾ ਕੁਛ ਕੀਤੇ ਕਿ ਧਾਹਾਂ ਮਾਰ ਮਾਰ ਕੇ ਉਹ ਮੰਡੀ ਛੱਡ ਕੇ ਗਏ ਸੀ, ਸ਼ਾਇਦ ਦੁਬਾਰਾ ਫੇਰ ਆ ਗਏ ਹੋਣ, ਤੇ ਮੈਨੂੰ ਇਹ ਵੀ ਯਾਦ ਪਤਾ ਲੱਗਿਆ ਸੀ ਕਿ ਫੇਰ ਉਹਨਾਂ ਨੇ ਗਲਤ ਸਾਫਾ ਪਾ ਕੇ ਕਹਿੰਦਾ ਕਹਿ ਚੈੱਕ ਕਰੋ ਮੇਰੀ ਮਦਦ ਜੀ। ਚੰਦੀ ਸਾਹਿਬ ਜੀ ਆਪਾਂ ਗੱਲ ਕਰੀਏ 95 ਤੇ 2024 ਫਰਕ ਬੜਾ ਹੈ, ਬਿਲਕੁਲ ਜੀ। ਕਿਸਾਨ ਅੰਦੋਲਨ ਨੇ ਲੋਕਾਂ ਚ ਚੇਤਨਤਾ ਬੜੀ ਪੈਦਾ ਕਰਦੀ ਹੈ ਜੀ, ਅਨਪ੍ਰੀਤ ਬਾਦਲ ਫਿਰਦਾ ਗਿੱਦੜਵਾਹਾ ਦੇ ਵਿੱਚ, ਪਰ ਜਦੋਂ ਮੇਰਾ ਖਿਆਲ ਵਿੱਚ 94 ਦੇ ਜਿਹੜਾ ਨਾ, ਤੇ ਇਸ ਇਲਾਕੇ ਦੇ ਵਿੱਚ ਜਿਹੜੇ ਹੈਗੇ ਕਿਸਾਨ ਬੜੇ ਸੁਚੇਤ ਹੈ, ਲੀਡਰ ਵੀ ਬੜੇ ਤਕੜੇ ਨੇ, ਮੇਰੇ ਖਿਆਲ ਮੁਤਾਬਕ ਕੰਪੇਅਰ ਕਰਨੀ